ਤਾਂ ਲੜਾਈ ਝਗੜਾ ਹੋਇਆ ਸੀਗਾ ਅੱਜ ਤੋਂ ਸਰ 2 ਮਹੀਨੇ ਪਹਿਲਾਂ ਦੀ ਗੱਲ ਹੈਗੀ ਆ। ਅਸੀਂ ਮਿੱਟੀ 'ਚ ਕਾਈ ਸੀਗੀ ਆਪਣੇ ਮਕਾਨਾਂ ਦੇ ਮਗਰੋਂ, ਇੰਨਾ ਰੇਤਾ ਚੱਕਿਆ ਸੀਗਾ, 5-6 ਫੁੱਟ ਨੀਵੀਂ ਥਾਂ ਆ ਗਈ ਸੀਗੀ। ਇਹ ਸਾਡੇ ਘਰ ਰੋਜ਼ ਆਉਂਦੇ ਸੀਗੇ ਵੀ ਮਿੱਟੀ ਸਾਨੂੰ ਚੱਕਣ ਦਿਓ, ਠੀਕ ਹੈ ਵੀ ਮਿੱਟੀ ਚੱਕਣ ਦਿਓ। ਅਤੇ ਆਪਣੇ ਖੇਤੋਂ ਮਿੱਟੀ ਚੁਕਾਈ ਆ, 100-150 ਟੇਰ ਚੱਕੀ ਆ ਇੰਨਾ ਵੀ ਨਾ ਪੈਸੇ ਲਾਇਆ ਤੇਰਾ ਕੁਛ, ਹਾਂ ਪ੍ਰਤੀ ਵੀ ਬਰਾਬਰ ਹੋ ਜਾਵੇਗੀ। ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਸਾਡਾ ਹੀ ਫਾਇਦਾ ਹੈਗਾ। ਅਤੇ ਤਾਂ ਕਰਕੇ ਵੀ ਉਹਨਾਂ ਆਪਣੋ ਤੋਂ ਕਰ ਲਈ ਬਰਾਬਰ ਆਪਦੇ ਲੈਵਲ ਤਾਂ, ਅਤੇ ਮਕਾਨਾਂ ਦੇ ਪਿੱਛੋਂ 10 ਫੁੱਟ ਤਾਂ ਛੱਡਦੇ ਨੇ ਤਾਂ, ਅਤੇ ਉਹ ਹੁਣ ਸਮਰਸੀਬਲ ਬੋਰ ਹੈਗਾ ਅਤੇ ਉੱਥੇ ਪਾਣੀ ਪੂਣੀ ਪਾਉਂਦੇ ਆ, ਮੱਝਾਂ ਨੂੰ ਤਾਂ ਨਾਂਦੇ ਨਾਉਂਦੇ ਆ, ਉਹ 10-15 ਮਿੰਟ ਘੰਟੇ 'ਚ ਆਉਂਦਾ ਪਾਣੀ ਵਾਹਵਾ ਹੁੰਦਾ, ਅਤੇ ਉਹ ਪਿੱਛੋਂ ਫਿਰ ਪਾਣੀ ਮਕਾਨਾਂ ਦੇ ਮਗਰੋਂ ਆ ਜਾਂਦਾ, ਅਤੇ ਉਹ ਥਾਂ ਬੈਠਦੀ ਜਾਂਦੇ ਆ। ਉੱਥੋਂ ਪੂਰੀ ਜਾਣਕਾਰੀ ਹੈਗੀ ਸਰ, ਅਸੀਂ ਮਕਾਨ ਪਾਏ ਸੀਗੇ ਸ਼ੁਰੂ ਤੋਂ, ਠੀਕ ਆ ਜੀ, ਅੱਜ ਹੋ ਗਏ 6-7 ਸਾਲ ਹੋ ਗਏ, ਠੀਕ ਆ, ਉਦੋਂ ਲੈਵਲ ਵਧੀਆ ਬਰਾਬਰ ਹੈਗਾ ਸੀਗਾ ਅਤੇ ਮਕਾਨ ਪਾਇਆ। ਉਸ ਬਾਅਦ ਇਹ ਸਾਡੇ 3-4 ਸਾਲ ਬਾਅਦ 'ਚ ਆਇਆ ਗੁਆਂਢ, ਇਹਨਾਂ ਨੀਵੀਂ ਥਾਂ ਭਰਾ ਦੀ ਭਰਾ ਹੀ ਪਾਈ ਨੇ ਖਿੱਚ ਖਿੱਚ ਕੇ, ਉਸ ਬਾਅਦ ਰੇਤਾ ਕੱਢਦੇ ਰਹੇ ਇੱਥੋਂ ਮਕਾਨਾਂ ਵਾਸਤੇ, ਹਾਂ ਵੇਚਦੇ ਰਹੇ ਅਤੇ ਆਪ ਮਕਾਨ ਵੀ ਪਾਉਂਦੇ ਰਹੇ, ਠੀਕ ਆ ਜੀ। ਉਸ ਬਾਅਦ ਇਹ ਗੱਲ ਆ ਜੀ, ਅਤੇ ਫਿਰ ਉਸ ਤੋਂ ਬਾਅਦ ਵਾਹਵਾ ਖੱਡਾ ਹੋ ਗਿਆ ਜੀ, ਇਹਨਾਂ ਆਪ ਮਕਾਨ ਤਿਆਰ ਕਰ ਲਿਆ। ਪਾਣੀ ਆਇਆ ਸੀ ਉਹਦਾ ਵੀ ਅਸੀਂ ਪਿੱਛੋਂ ਵਾਹਵਾ ਪੰਨਾ ਚੜਾਇਆ ਸੀ ਆਪਦੀ ਮਿਹਨਤ ਵੱਲੋਂ ਵੀ ਵਿੱਚ ਸਾਡੇ ਮਕਾਨ ਨਾ ਡਿੱਗ ਜਾਣ ਪਾਣੀ ਆਉਣ ਖਾਤਰ। ਅਤੇ ਉਸ ਤੋਂ ਬਾਅਦ ਇਹ ਹੁਣ ਝੋਨਾ ਚੱਕਿਆ ਸੀਗਾ, ਕਣਕ ਚੱਕੀ ਸੀਗੀ, ਉਸ ਤੋਂ ਬਾਅਦ ਇਹ ਸਾਡੇ ਘਰ ਆਇਆ ਸੀ ਸਾਨੂੰ ਮਿੱਟੀ ਚੱਕਣ ਦਿਉ ਵੀ ਸਾਡੀ ਪਰਾਈ ਪਾਣੀ ਹੈ, ਕੋਈ ਗੱਲ ਨਹੀਂ ਮਿੱਟੀ ਚੱਕਣ। ਹਾਂ ਹਾਂ, ਉਹਨਾਂ ਪਰਾਈ ਪਾਈ ਤਾਂ ਸਾਡੇ ਮਕਾਨ ਛੱਡਦੇ ਨੇ ਤਾਂ ਉਹਨੇ ਪਰਾਈ ਕਰਦੇ ਨੇ, ਤਾਂ ਅਸੀਂ ਨਾ ਲਿਆਉਣ ਦਿੱਤੇ ਹਾਂ ਸੁਨੀਲ ਸਿੰਘ ਅਤੇ ਪੁੱਤਰ ਦਲੀਪ ਸਿੰਘ ਦਾ, ਉਹਨੇ ਗਾਲ ਕੱਢੀ ਬਲਕਾਰ ਸਿੰਘ ਨੂੰ ਅਤੇ ਕਿੱਥੋਂ ਅਸੀਂ ਲੜਾਈ ਝਗੜਾ। ਲੜਾਈ ਹੋਈ ਸਾਡੇ ਘਰ ਦੇ ਸਾਹਮਣੇ ਆ ਕੇ, ਅਤੇ ਮਿੱਟੀ ਧੱਕੇ ਨਾਲ ਲਾਉਂਦੇ ਸੀ ਸਾਡੇ ਪਾਸੋਂ, ਸਾਡੀ ਇੱਕ ਤਰਫਾ 2 ਫੁੱਟ ਉੱਚੀ ਜ਼ਮੀਨ ਵੀ ਹੈਗੀ ਹੈ, ਆਪਦੇ ਵੱਲ ਧੱਕੇ ਨਾਲ ਜ਼ਮੀਨ ਨੂੰ ਮਿੱਟੀ ਲਾਉਂਦੇ ਸੀ। ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇੱਥੇ ਵਰਾ ਨਾ ਕਰੋ, ਅਸੀਂ ਮਕਾਨ ਬਣਾਉਣੇ ਆ, ਅਤੇ ਫਿਰ ਜਿਵੇਂ ਹੋਇਆ ਸੀ ਬਰਾਬਰ ਆਪਣਾ ਕੰਮ ਹੋ ਜਾਏਗਾ। ਅਤੇ ਹਾਲਾਂਕਿ ਸਾਡੇ ਪਾਸੇ ਆ ਕੇ ਮਿੱਟੀ ਲਾਉਣ ਲੱਗ ਪਏ, ਜੇਕਰ ਚਾਹੋ ਤਾਂ ਤੁਹਾਨੂੰ ਅਸੀਂ ਵੀਡੀਓ ਵੀ ਵਿਖਾਵਾਂਗੇ, ਸਾਰਾ ਕੁਝ ਸਾਡੇ ਕੋਲ ਹੈਗਾ ਜੀ। ਧੱਕੇ ਨਾਲ ਮੇਰੇ ਗੱਲ ਪੈ ਕੇ ਮੇਰੇ ਵੀ ਦੇਖ ਲਓ, ਟੀ ਸ਼ਰਟ ਫੱਟੀ ਹੋਈ ਸਾਰਾ, ਮੇਰੀ ਅੱਖ ਦੇਖ ਲਓ ਜੀ, ਇੱਧਰ ਦੇਖ ਲਓ, ਇੱਥੇ ਆ ਦੇਖ ਲਓ ਜੀ, ਮੇਰੇ ਪਾਪਾ ਦੇ ਅੱਖ ਦੇ ਸਾਰੇ ਸੁੱਜ ਗਏ ਜੀ ਸਰ, ਪੂਰਾ ਦੇਖ ਨਹੀਂ ਰਿਹਾ ਜੀ ਅੱਖ 'ਚੋਂ ਬਿਲਕੁਲ। ਇਹ 8-10 ਜਣੇ ਹੈਗੇ ਸੀ ਟੋਟਲ ਹੀ ਬੰਦੇ, ਅਸੀਂ ਦੋਨੋਂ 8-10 ਬੰਦੇ ਦੀ ਵੀਡੀਓ ਵੀ ਦੇਵਾਂਗੇ। ਇਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਧੱਕੇ ਨਾਲ ਵੀ ਕੋਈ ਵੀ ਕੰਮ ਕਰਦੇ ਨੇ, ਹਰੇਕ ਪਾਸੇ ਹੀ ਧੱਕੇ ਨਾਲ ਕੰਮ ਕਰਦੇ ਨੇ, ਥਾਂ ਥਾਂ 'ਤੇ ਇਹਨਾਂ ਦਾ ਧੱਕਾ ਹੀ ਹੁੰਦਾ ਹੈ, ਅਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਪਾਪਾ ਦੀ ਅੱਖ ਦਾ ਸਾਫ਼ ਕਰਨ ਦਿੱਤਾ ਜਾਵੇ। ਅੱਖ ਚਾਹੋ ਤਾਂ ਆਪ ਦੇਖ ਸਕਦੇ ਹੋ, ਕੋਈ ਕਿਸੇ ਤਰ੍ਹਾਂ ਵੀ ਝੂਠ ਵਾਲੀ ਗੱਲ ਨਹੀਂ ਹੈਗੀ। ਬਹੁਤ ਨੁਕਸਾਨ ਕਰਦੇ ਨੇ ਮੁੰਡੇ, ਇੰਨਾ ਅੱਗ ਚੱਕੀ ਵੀ ਇਹਨਾਂ ਵੀ ਹੱਥ ਗੁੰਡਾ ਕਰਦੀ ਹੈ, ਵੈਸੇ ਵੀ ਥੋੜ੍ਹਾ ਜਿਹਾ ਇਹਨਾਂ ਦਾ ਜ਼ਿਆਦਾ ਧਿਆਨ ਹੈਗਾ ਜੀ। ਅਸੀਂ ਥੋੜ੍ਹਾ ਜਿਹਾ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਸ ਤਰ੍ਹਾਂ ਨਾ ਕਰੋ, ਅਤੇ ਸਾਡੇ ਆਦਿ ਗੱਲ ਪੈ ਗਏ ਅਤੇ ਸਾਨੂੰ ਬਹੁਤ ਕੁੱਟਿਆ ਮਾਰਿਆ ਇਹਨਾਂ ਤੋਂ, ਤਿੰਨਾਂ ਭਰਾਵਾਂ ਨੂੰ, ਅਤੇ ਬਹੁਤ ਸਾਡਾ ਬਹੁਤ ਬੁਰਾ ਹਾਲ ਕੀਤਾ। ਚਾਹੇ ਤਾਂ ਕੋਈ ਵੀ ਮੌਕਾ ਵੀ ਜਾ ਕੇ ਵੇਖ ਸਕਦਾ, ਸਾਨੂੰ ਇੰਨੀ ਵੱਡੀ ਗੱਲ ਨਹੀਂ ਹੈਗੀ, ਕਿੱਲੇ ਮਰਜ਼ੀ ਜਾ ਕੇ ਮੌਕਾ ਵੇਖ ਸਕਦਾ, ਸਾਡੀ ਜ਼ਮੀਨ 2-2.5 ਫੁੱਟ ਉੱਚੀ ਹੈਗੀ ਹੈ। ਅਗਰ ਚਾਹੋ ਤਾਂ ਸਾਡੇ ਮੋਬਾਈਲ 'ਚ ਵੀਡੀਓ ਹੈਗੀ ਹੈ, ਸਾਹਮਣੇ ਦਿਖਾ ਸਕਦੇ ਆ ਜੀ, ਕੋਈ ਝੂਠ ਵਾਲੀ ਗੱਲ ਨਹੀਂ ਹੈਗੀ। ਇਨਸਾਫ਼ ਮੰਗਣਾ ਚਾਹੁੰਦੇ ਆ ਜੀ, ਸਾਡੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਪਾਪਾ ਦੀ ਅੱਖ ਤੋਂ ਦਿਸ ਨੂੰ ਬੰਦ ਹੋ ਗਿਆ ਜੀ।